ਮੋਹਾਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ ਇੱਕ ਸਾਈਬਰ ਠੱਗੀ ਕਰਨ ਵਾਲੇ ਨੂੰ ਕਾਬੂ ਕੀਤਾ। ਕਿਸ ਤਰ੍ਹਾਂ ਸੀਨੀਅਰ ਅਧਿਕਾਰੀ ਪੁਲਿਸ ਦੇ ਸੀਨੀਅਰ ਅਫਸਰ IPS ਅਫਸਰਾਂ ਦੀ DP ਲਾ ਕੇ ਔਰ ਉਹ ਫੋਨ ਕਰਦਾ ਸੀ ਲੋਕਾਂ ਨੂੰ 20,000 25,000 30,000 ਦੀ ਠੱਗੀ ਕਰਦਾ ਸੀਗਾ, ਉਹਨਾਂ ਤੋਂ ਪੈਸੇ ਮੰਗਦਾ ਸੀ। ਜਦ ਇਹ ਪੁਲਿਸ ਦੇ ਕੋਲ ਮਾਮਲਾ ਪਹੁੰਚਦਾ ਹੈ ਤਾਂ ਪੁਲਿਸ ਰਾਜਸਥਾਨ ਤੋਂ ਜਿਹੜਾ ਸਾਈਬਰ ਠੱਗ ਹੈ ਮੁਹੰਮਦ ਕੈਫ BCA ਦਾ ਸਟੂਡੈਂਟ ਹੈ ਉਸਨੂੰ ਕਾਬੂ ਕੀਤਾ। ਕਿਸ ਤਰ੍ਹਾਂ ਮੋਡਸ ਓਪਰੈਂਡੀ ਹੁੰਦੀ ਸੀ, ਕਿਸ ਤਰ੍ਹਾਂ ਉਹਨੂੰ ਕਾਬੂ ਕੀਤਾ ਗਿਆ, ਸਾਡੇ ਨਾਲ ਸੀਨੀਅਰ ਆਫਿਸਰ ਮੌਜੂਦ ਨੇ DSP ਗੁਰਸ਼ੇਰ ਸਿੰਘ ਸੰਧੂ। ਸੰਧੂ ਸਾਹਿਬ, ਇਹ ਮਾਮਲਾ ਸਾਹਮਣੇ ਆਇਆ ਸੀਗਾ ਕਿ ਸੀਨੀਅਰ ਅਫਸਰਾਂ ਦੀ DP ਲਾ ਕੇ ਪੈਸੇ ਮੰਗਦਾ ਸੀ, ਉਹਨਾਂ ਦੇ ਫੇਸਬੁੱਕ ਅਕਾਊਂਟ ਜਿਹੜਾ ਫੇਕ ਲਾ ਕੇ ਪੂਰਾ ਕੰਮ ਚੱਲਦਾ ਸੀਗਾ, ਕਿਸ ਤਰ੍ਹਾਂ ਇਹ ਪੂਰਾ ਕਰਦਾ ਸੀਗਾ ਤੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਹਿਸਾਬ ਨਾਲ ਨੂੰ ਗ੍ਰਿਫਤਾਰ ਕੀਤਾ? ਰਾਠੀ ਜੀ, ਕਾਫੀ ਟਾਈਮ ਤੋਂ ਇੱਕ ਵੇਖਣ 'ਚ ਗੱਲ ਆਈ ਸੀ ਕਿ ਜਿਹੜੇ ਰਨਾਊਂਡ ਫੇਸਿਸ ਨੇ ਪੰਜਾਬ ਦੇ, ਭਾਵੇਂ ਪੋਲੀਟੀਸ਼ਨ ਹੋਣ, ਸੀਨੀਅਰ ਅਫਸਰਸ ਹੋਣ, ਸਿਵਲ ਅਫਸਰਸ, IPS ਅਫਸਰਸ, ਉਹਨਾਂ ਦੀਆਂ ਝੂਠੀਆਂ ਫੇਸਬੁੱਕ ਪ੍ਰੋਫਾਈਲਸ ਬਣਾ ਕੇ ਔਰ ਲੋਕਾਂ ਨੂੰ ਆਪਣੇ ਫਰੈਂਡ ਲਿਸਟ ਦੇ ਵਿੱਚ ਐਡ ਕੀਤਾ ਜਾਂਦਾ ਸੀਗਾ ਔਰ ਫਿਰ ਆਪਣਾ ਅਫਸਰ ਦੇ ਗਾਰਬ ਦੇ ਵਿੱਚ, ਆਪਣੇ ਝੂਠੇ ਅਫਸਰ ਦੇ ਗਾਰਬ ਦੇ ਵਿੱਚ ਲੋਕਾਂ ਨੂੰ ਠੱਗਿਆ ਜਾਂਦਾ ਸੀਗਾ। ਠੱਗੀ ਦਾ ਜਿਹੜਾ ਹੁਣ ਗੱਲ ਸਾਹਮਣੇ ਆਈ ਸੀ ਮੋਡਸ ਪਰਿੰਡੀ ਇਹ ਸੀਗੀ ਕਿ ਇਹ ਲੋਕਾਂ ਨੂੰ ਇਹ ਗੱਲ ਜਚਾਉਂਦਾ ਸੀਗਾ ਕਿ ਮੇਰਾ ਕੋਈ ਬੈਚਮੇਟ ਹੈ ਜਿਹੜਾ ਕਿ ਇੱਥੋਂ ਬਦਲ ਕੇ ਕਿਸੇ ਹੋਰ ਸਟੇਟ 'ਚ ਜਾ ਰਿਹਾ ਅਤੇ ਜਿਹੜਾ ਵੀ ਉਹਦਾ ਫਰਨੀਚਰ ਹੈ ਜਾਂ ਕੋਈ ਹੋਰ ਸਮਾਨ ਹੈਗਾ ਉਹ ਕਾਫੀ ਸਸਤੇ ਰੇਟ 'ਤੇ ਤੁਹਾਨੂੰ ਵੇਚ ਦੇਗਾ ਅਤੇ ਉੱਥੋਂ ਐਡਵਾਂਸ ਪੇਮੈਂਟ ਲਿੱਤਾ ਸੀਗਾ। ਓਕੇ, ਇਹ ਗੱਲ ਸਾਡੇ ਧਿਆਨ 'ਚ ਆਈ ਸੀ ਅਤੇ ਫਿਰ ਅਸੀਂ ਇਹਨੂੰ ਟੈਕਨੀਕਲੀ ਸਰਵਲੈਂਸ 'ਤੇ ਲਾਇਆ ਔਰ ਗੱਲ ਜਦੋਂ ਅਸੀਂ ਇਹਦੇ ਵਿੱਚ ਤਫਤੀਸ਼ ਕੀਤੀ ਇਹ ਵੀ ਗੱਲ ਸਾਹਮਣੇ ਆਈ ਕਿ ਅਨੇਕਾਂ ਬੈਂਕ ਖਾਤੇ ਔਰ ਅਨੇਕਾਂ ਫੋਨ ਨੰਬਰ ਝੂਠੇ ਐਡਰੈਸਿਸ 'ਤੇ ਇਹ ਜਿਹੜਾ ਗੈਂਗ ਲੈਂਦਾ ਸੀਗਾ ਜਿਹਦੇ ਵਿੱਚ ਐਡਰੈਸਿਸ ਜ਼ਿਆਦਾ ਈਸਟਰਨ ਬਿਹਾਰ, ਵੈਸਟ ਬੰਗਾਲ ਔਰ ਉੜੀਸਾ ਉਸ ਏਰੀਆ ਨਾਲ ਸੰਬੰਧਿਤ ਸੀਗੇ ਔਰ ਜਿਹੜਾ ਮੁੱਖ ਦੋਸ਼ੀ ਸੀ ਮੁਹੰਮਦ ਕੈਫ ਅਸੀਂ ਇਹ ਅਲਵਰ ਰਾਜਸਥਾਨ ਤੋਂ ਇਹਨੂੰ ਗ੍ਰਿਫਤਾਰ ਕੀਤਾ। ਅਤੇ ਸਰ ਇਹ ਪੂਰਾ ਨੈਕਸਸ ਚੱਲ ਰਿਹਾ ਸੀਗਾ ਇਕੱਲਾ ਹੀ ਹੈ ਜਾਂ ਹੋਰ ਵੀ ਇਹਦੇ ਗੈਂਗ ਮੈਂਬਰ ਹੁਣ ਤੱਕ ਦੇ ਸਾਹਮਣੇ ਆਈ ਹੈ? ਫਿਲਹਾਲ ਅਸੀਂ ਇਹਨੂੰ ਇਕੱਲੇ ਨੂੰ ਗ੍ਰਿਫਤਾਰ ਕੀਤਾ ਹੈ ਕਿਉਂਕਿ ਇਹਦੇ ਪਾਸ ਹੀ ਉਹ ਫੋਨ ਚੱਲ ਰਿਹਾ ਸੀ ਜਿਹਦੇ ਵਿੱਚ ਜਿਹੜੀਆਂ ਇਹ ਫੇਕ ਆਈ ਡੀ ਚੱਲ ਰਹੀਆਂ ਸੀਗੀਆਂ। ਓਕੇ, ਔਰ ਇਹਦੀ ਪੁੱਛਗਿੱਛ ਦੇ ਵਿੱਚ ਇਹਨੂੰ ਥੋਰਲੀ ਇਨਵੈਸਟੀਗੇਟ ਕੀਤਾ ਜਾਊਗਾ, ਇਹਦੇ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕੀਤੀ ਜਾਊਗੀ ਕਿ ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ ਕਿਉਂਕਿ ਅਨੇਕਾਂ ਬੈਂਕ ਖਾਤੇ ਓਪਰੇਟ ਕਰ ਰਹੇ ਸੀ ਔਰ ਨਾਲ ਹੀ ਜਿਹੜੇ ਇਹਦੇ ਹੋਰ ਵੀ ਗੈਂਗ ਮੈਂਬਰ ਹੋਣਗੇ ਉਹਨਾਂ 'ਤੇ ਵੀ ਜਿਹੜੀ ਨਕੀਲ ਕੱਸੀ ਜਾਊਗੀ। ਇਹ ਗੱਲ ਧਿਆਨ 'ਚ ਆਈ ਕਿ ਇਹ ਬੜਾ ਪੜ੍ਹਿਆ ਲਿਖਿਆ ਔਰ ਸ਼ਾਤਰ ਵਿਅਕਤੀ ਸੀਗਾ ਕਿਉਂਕਿ ਐਜ਼ ਐਨ ਅਫਸਰ ਜਦੋਂ ਲੋਕਾਂ ਨਾਲ ਉਹ ਚੈਟ ਕਰਦਾ ਸੀਗਾ ਔਰ ਉਦੋਂ ਇੰਗਲਿਸ਼ ਦੀ ਪ੍ਰੋਪਰ ਨੌਲੇਜ ਸੀਗੀ, ਉਹਨੂੰ ਮਹਿਕਮੇ ਦੀ ਪ੍ਰੋਪਰ ਨੌਲੇਜ ਸੀਗੀ ਔਰ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਇਹ ਜਚਨ ਹੀ ਦਿੰਦਾ ਕਿ ਇਹ ਝੂਠੀ ਪ੍ਰੋਫਾਈਲ ਹੈਗੀ। ਸਰ, ਰਿਕਵਰੀ ਕੀ ਹੋਈ ਹੈ ਹੁਣ ਤੱਕ ਦੀ ਅਸੀਂ ਗੱਲ ਕਰ? ਹਜੇ ਤੱਕ ਅਸੀਂ ਫੋਨ ਜਿਹੜੇ ਨੇ ਉਹ ਰਿਕਵਰ ਕੀਤੇ ਨੇ, ਹਜੇ ਬੜਾ ਪ੍ਰੀਲਿਮਿਨਰੀ ਸਟੇਜ ਹੈ, ਇਹਦੇ ਵਿੱਚ ਹੋਰ ਜਿਹੜੇ ਬੈਂਕ ਖਾਤੇ ਆਉਣਗੇ, ਹੋਰ ਜਿਹੜੇ ਸਾਥੀ ਹੋਣਗੇ, ਉਹ ਜਿਹੜੀਆਂ ਰਿਕਵਰੀਸ ਜਿਹੜੀਆਂ ਫਿਊਚਰ 'ਚ ਇਫੈਕਟ ਕੀਤੀਆਂ ਜਾਣਗੀਆਂ। ਸਰ, ਕਿਹੜੇ ਕਿਹੜੇ ਆਫਿਸਰਸ ਨੂੰ ਇਹਨਾਂ ਨੇ ਜਿਹੜਾ ਹੈਗਾ ਸਾਈਬਰ ਠੱਗੀ ਕੀਤੀ ਹੈ ਹੁਣ ਤੱਕ ਦੀ ਗੱਲ ਸਾਹਮਣੇ? ਮੈਂ ਰਾਠੀ ਜੀ ਉਹ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਪਾਊਂਗਾ, ਅਨੋਨੀਮਿਟੀ ਰੱਖਾਂਗੇ, ਬਟ ਕਾਫੀ ਆਫਿਸਰਸ ਜਿਹੜੇ ਪੰਜਾਬ ਦੇ ਵਿੱਚ ਪੋਸਟਡ ਨੇ ਉਹਨਾਂ ਦੀ ਫੇਕ IDs ਬਣਾ ਕੇ ਜਿਹੜਾ ਲੋਕਾਂ ਨਾਲ ਜਿਹੜਾ ਠੱਗੀ ਹੋਈ ਹੈ। ਬਿਲਕੁਲ, ਜਿੱਦਾਂ ਸਾਨੂੰ ਦੱਸਿਆ ਕਿ ਸੀਨੀਅਰ ਆਫਿਸਰ ਦਾ ਨਾਂ ਲੈ ਕੇ ਉਹਨਾਂ ਦੇ ਜਿਹੜਾ ਫੇਕ ਅਕਾਊਂਟ ਬਣਾ ਕੇ ਲੋਕਾਂ ਨਾਲ ਠੱਗੀ ਕਰ ਰਹੇ ਸੀਗੇ, ਬੈਚਮੇਟ ਕਹਿ ਕੇ ਜਾਂ ਫਿਰ ਉਹ ਇੱਥੋਂ ਸ਼ਿਫਟ ਹੋ ਰਹੇ ਹੈ, ਇਸ ਤਰ੍ਹਾਂ ਦੀ ਮੋਡਸ ਓਪਰੈਂਡੀ ਚੱਲ ਰਹੀ ਸੀ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਕਾਬੂ ਕੀਤਾ। ਕਈ ਵੱਡੇ ਖੁਲਾਸੇ ਹੋਣਗੇ ਕਿਸ ਤਰ੍ਹਾਂ ਪੂਰਾ ਦਾ ਨੈਕਸਸ ਚੱਲ ਰਿਹਾ, ਕੌਣ ਕੌਣ ਇਹਦੇ ਵਿੱਚ ਸ਼ਾਮਿਲ ਹੈ ਔਰ ਕਿਸ ਤਰ੍ਹਾਂ ਉਹਨੇ ਕਿੰਨੇ ਸਾਲਾਂ ਤੋਂ ਇਹ ਚੱਲ ਰਿਹਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ। ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18।